ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਅਕਾਲੀ ਦਲ ਵਿੱਚ ਕਾਫੀ ਹਿਲਜੁਲ ਦੇਖਣ ਨੂੰ ਮਿਲਦੀ ਪਈ ਹੈ, ਕਿਉਂਕਿ ਬਰਾੜ ਸਾਹਿਬ ਵੱਲੋਂ ਜਦੋਂ ਇੱਕ ਲੈਟਰ ਲਿਖੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਵੀ ਮੰਗ ਉੱਠਦੀ ਪਈ ਹੈ। ਸਾਡੇ ਨਾਲ ਸੀਨੀਅਰ ਆਗੂ ਮੌਜੂਦ ਨੇ, ਸਰ ਕਿੱਦਾਂ ਦੇਖਦੇ ਪਏ ਨੇ ਹਾਲਾਤ, ਕਿਉਂਕਿ ਲੈਟਰ ਭੇਜੀ ਬਰਾੜ ਸਾਹਿਬ ਨੇ, ਉਸ ਤੋਂ ਬਾਅਦ ਹਿਲਜੁਲ ਹੋ ਗਈ ਹੈ, ਅਕਾਲੀ ਦਲ ਦੇ ਕੀ ਹਾਲਾਤ ਨੇ ਸਰ? ਦੇਖੋ, ਮੈਂ ਸਮਝਦਾ ਪਾਰਟੀ ਦੇ ਵਿੱਚ ਛੋਟੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਤੱਕ ਹਰ ਇੱਕ ਹੱਕ ਹੈ ਅਤੇ ਅਧਿਕਾਰ ਹੈ ਕਿ ਉਹ ਆਪਣੀ ਲੀਡਰਸ਼ਿਪ ਨੂੰ ਕੋਈ ਵੀ ਵਿਊ ਦੇ ਸਕਦਾ। ਮੈਂ ਸਮਝਦਾ ਜੇ ਬਰਾੜ ਸਾਹਿਬ ਨੇ ਆਪਣੀ ਪਾਰਟੀ ਦੇ ਜਿਹੜਾ ਗ੍ਰਾਫ ਡਾਊਨ ਆਉਂਦਿਆਂ ਦੇਖ ਕੇ, ਕਿਉਂਕਿ 2017 ਤੋਂ ਬਾਅਦ 2022 ਆਈ, 2022 ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਇਲੈਕਸ਼ਨ ਆਈ, ਅਕਾਲੀ ਦਲ ਡਾਊਨ ਆਇਆ, ਹਰ ਵਰਕਰ ਫੀਲ ਕਰਦਾ। ਅਸੀਂ ਵੀ, ਕਿਉਂਕਿ ਅਸੀਂ ਵੀ ਅਕਾਲੀ ਦਲ ਨਾਲ ਸ਼ੁਰੂ ਤੋਂ ਸੰਬੰਧ, ਅਸੀਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਅਕਾਲੀ ਹੈ, ਲੰਬਾ ਸਮਾਂ ਪਾਰਟੀ 'ਚ ਕੰਮ ਕੀਤਾ। ਪਰ ਜਦੋਂ ਆਪਣੀ ਪਾਰਟੀ ਦੇ ਹਾਲਾਤ ਵਿਗਾੜ ਵੱਲ ਜਾਂਦੇ ਆ, ਤਾਂ ਅਸੀਂ ਵੀ ਆਪਣੀ ਪਾਰਟੀ ਨੂੰ ਵਿਊ ਦੇ ਸਕਦੇ ਹਾਂ। ਪਰ ਜੇਕਰ ਆਪਾਂ ਉਹਨਾਂ ਦੇ ਵਿਊ ਨੂੰ ਨੈਗੇਟਿਵ ਲਵਾਂਗੇ, ਕੋਈ ਵੀ ਵਰਕਰ ਵਿਊ ਦਊਗਾ ਜਾਂ ਕੋਈ ਲੀਡਰ ਵਿਊ ਦਊਗਾ ਜਾਂ ਕੋਈ ਆਮ ਸਧਾਰਨ ਵਿਊ ਦਊਗਾ, ਆਪਾਂ ਜੇ ਉਹਨੂੰ ਗੱਲ ਨੂੰ ਇਸ ਤਰੀਕੇ ਨਾਲ ਜੋੜਾਂਗੇ, ਇਹ ਪਾਰਟੀ ਦੇ ਖਿਲਾਫ਼ ਬੋਲ ਰਿਹਾ ਜਾਂ ਲੀਡਰਸ਼ਿਪ ਦੇ ਖਿਲਾਫ਼ ਬੋਲ ਰਿਹਾ, ਫਿਰ ਪਾਰਟੀ ਹੋਰ ਨੁਕਸਾਨ ਜਾਏਗੀ। ਪਾਰਟੀ ਤੁਹਾਨੂੰ ਡਿਸਕਸ ਕਰਨਾ ਚਾਹੀਦਾ, ਜੇ ਬਰਾੜ ਸਾਹਿਬ ਨੇ ਜਾਂ ਮਨਪ੍ਰੀਤ ਤਿਆਲੀ ਹੋਣ ਇਸ ਤੋਂ ਪਹਿਲਾਂ ਆਪਣੇ ਵਿਊ ਰੱਖੇ ਆ, ਉਹਨਾਂ ਨਾਲ ਬਹਿ ਕੇ ਡਿਸਕਸ ਕਰੋ, ਉਹਨਾਂ ਵਿਊ 'ਤੇ ਆਪਾਂ ਡਿਸਕਸ ਕਰਕੇ ਪਾਰਟੀ ਨੂੰ ਕਿਸ ਤਰ੍ਹਾਂ ਕਿ ਪਲੇਟਫਾਰਮ 'ਤੇ ਲਿਆ ਕੇ ਕਿਸ ਤਰ੍ਹਾਂ ਕਾਮਯਾਬ ਕਰੀਏ, ਉਸ ਉਹਨਾਂ ਗੱਲਾਂ 'ਤੇ ਆਪਾਂ ਧਿਆਨ ਦੇਈਏ। ਜੇ ਆਪਾਂ ਉਹਨਾਂ ਨੂੰ ਪਾਰਟੀ 'ਚੋਂ ਕੱਢ ਦੇਣਾ ਜੀ, ਉਹਨਾਂ ਦੀ ਨੰਬਰ ਪਲੇਟ ਤੋੜ ਦੇਣੀ ਜੀ, ਇਸ ਤਰ੍ਹਾਂ ਪਾਰਟੀ ਰਾਈਜ਼ ਨਹੀਂ ਕਰ ਸਕਦੀ। ਸਭੀ ਜੀ, ਕੱਲ੍ਹ ਵੀ ਜਿੱਦਾਂ ਸਾਡੇ ਸੀਨੀਅਰ ਜਰਨਲਿਸਟ ਨੇ ਨਪਿੰਦਰ ਬਰਾੜ ਹੋਣੀ, ਉਹਨਾਂ ਨੇ ਇੰਟਰਵਿਊ ਕੀਤਾ, ਉਹ 'ਚ ਉਹਨਾਂ ਨੇ ਵੀ ਗੱਲ ਕਹੀ ਕਾਫੀ ਨਜ਼ਦੀਕ ਸੀ ਕਿਉਂਕਿ ਬਰਾੜ ਸਾਹਿਬ, ਲੇਕਿਨ ਉਸ ਤੋਂ ਬਾਵਜੂਦ ਉਹਨਾਂ ਵਾਸਤੇ ਇੱਦਾਂ ਦੀ ਗੱਲ ਉੱਠਦੀ ਪਈ, ਸਲਾਹਕਾਰ ਖਾਸ ਕਰਕੇ ਉਹਨਾਂ ਨੇ ਬੜੀ ਗੱਲ ਕੀਤੀ ਹੈ ਕਿ ਪ੍ਰਧਾਨ ਤੱਕ ਡਾਇਰੈਕਟ ਲਿੰਕ ਨਹੀਂ ਹੋ ਪਾ ਰਿਹਾ ਵਾ, ਲੱਗਦਾ ਕਿ ਇਸ ਗੈਪ ਦੀ ਵਜ੍ਹਾ ਨਾਲ ਵੀ ਬੜਾ ਫਰਕ ਪੈ ਰਿਹਾ। ਬਿਲਕੁਲ ਜੀ, ਦੇਖੋ ਜਿਸ ਜੇ ਮੈਂ ਸਮਝਦਾ ਚਰਨਜੀਤ ਬਰਾੜ ਵਰਗੇ ਜਿਹੜੇ ਆਫਿਸ ਸਾਰਾ ਆਰਗੇਨਾਈਜ਼ ਕਰਦੇ ਸੀ, ਪਾਰਟੀ ਦਾ ਸਮੁੱਚਾ ਢਾਂਚਾ ਗਰਾਊਂਡ ਤੋਂ ਲੈ ਕੇ ਅਪਰ ਲੀਡਰਸ਼ਿਪ ਤੱਕ ਇੱਕ ਉਹਨਾਂ ਦਾ ਰਾਬਤਾ ਸੀਗਾ, ਜੇ ਬਰਾੜ ਸਾਹਿਬ ਵਰਗੇ ਬੰਦੇ ਗੱਲ ਕਹਿ ਰਹੇ ਵੀ ਮੇਰਾ ਰਾਬਤਾ ਨਹੀਂ ਹੋ ਸਕਦਾ, ਫਿਰ ਆਮ ਸਧਾਰਨ ਵਰਕਰ ਕੀ ਮਹਿਸੂਸ ਕਰੂਗਾ? ਜੇ ਮੈਂ ਸਮਝਦਾ ਵੀ ਜੇਕਰ ਉਹਨਾਂ ਦੀ ਗੱਲ ਕਹਿਣੀ ਇੱਕ ਅਹਿਮੀਅਤ ਰੱਖਦੀ ਆ, ਮੈਂ ਕਿਸੇ ਦੇ ਜਾਤੀ ਖਿਲਾਫ਼ ਨਹੀਂ ਬੋਲਦਾ, ਨਾ ਮੈਂ ਕਿਸੇ ਦੇ ਹੱਕ 'ਚ ਬੋਲਦਾ, ਪਰ ਅੱਜ ਜਿਹੜੀ ਬਰਾੜ ਸਾਹਿਬ ਨੇ ਗੱਲ ਕੀਤੀ ਆ, ਸਾਨੂੰ ਉਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ 'ਤੇ ਵਿਚਾਰ ਕਰਨਾ ਚਾਹੀਦਾ। ਇਕੱਲੇ ਬਰਾੜ ਸਾਹਿਬ ਹੀ ਨਹੀਂ, ਬਹੁਤ ਵਰਕਰ ਨੇ, ਸਾਨੂੰ ਵੀ ਡੇਲੀ ਫੋਨ ਆ ਰਹੇ ਨੇ, ਆਪਾਂ ਉਹਨਾਂ ਦੀ ਗੱਲ ਸੁਣ ਰਹੇ ਹਾਂ, ਉਹਨਾਂ ਨੂੰ ਸੁਣ ਕੇ ਅਸੀਂ ਵੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਪਾਰਟੀ ਦੇ ਪਲੇਟਫਾਰਮ ਦੇਈਏ, ਪਾਰਟੀ ਲੀਡਰਸ਼ਿਪ ਤੋਂ ਗੱਲਾਂ ਚੱਕੀਏ ਵੀ ਸਧਾਰਨ ਵਰਕਰ, ਪਿੰਡ ਦਾ ਵਰਕਰ ਜਾਂ ਸ਼ਹਿਰ ਦਾ ਵਰਕਰ ਕੀ ਕਰ ਰਿਹਾ, ਤੇ ਉਹਨਾਂ ਗੱਲਾਂ 'ਤੇ ਅਮਲ ਵਾਲੇ ਪਾਸੇ ਵੀ ਚੱਲੀਏ, ਉਹਨਾਂ ਗੱਲਾਂ 'ਤੇ ਆਪਾਂ ਅਮਲ ਕਰਕੇ ਪਾਰਟੀ ਨੂੰ ਇੱਕ ਢਾਂਚੇ ਦੇ ਰੂਪ 'ਚ ਲਿਆ ਕੇ ਉਹ ਪਾਰਟੀ ਦੀ ਤਰੱਕੀ ਵਾਸਤੇ ਗੱਲ ਕਰੀਏ। ਆਪਾਂ ਇਹਨਾਂ ਗੱਲਾਂ 'ਤੇ ਇਕੱਲੇ ਬਰਾੜ ਸਾਹਿਬ ਨਹੀਂ ਗਏ, ਬਹੁਤ ਲੀਡਰ ਹੈ ਜਿਹੜੇ ਅੰਦਰ ਖਾਤੇ ਪਿੱਛੇ ਸਾਨੂੰ ਵੀ ਫੋਨ ਕਰ ਰਹੇ ਆ, ਪਾਰਟੀ ਦੇ ਬਾਹਰ ਬਹਿ ਕੇ ਹੋਰ ਗੱਲ ਕਰਦੇ ਆ, ਪਾਰਟੀ ਅੰਦਰ ਕੋਰ ਕਮੇਟੀ ਜਾ ਗੱਲ ਹੋਰ ਕਰਦੇ ਆ, ਬਾਹਰ ਆ ਕੇ ਕੁਝ ਹੋਰ ਬੋਲਦੇ ਆ, ਉਹਨਾਂ ਸਾਰੀਆਂ ਗੱਲਾਂ 'ਤੇ ਵਿਚਾਰਨ ਦੀ ਲੋੜ ਹੈ। ਸਰਬਜੋਤ, ਤੁਹਾਨੂੰ ਕੀ ਲੱਗਦਾ, ਕਾਰਨ ਕੀ ਲੱਗਦਾ, ਕਿਹੜੇ ਲੋਕ ਨੇ ਜਿਹੜੇ ਪਾਰਟੀ ਖਰਾਬ ਕਰਦੇ ਪਏ? ਕਿਉਂਕਿ ਇੱਕ ਖੇਤਰੀ ਪਾਰਟੀ ਹੈਗੀ ਪੰਜਾਬ ਦੀ, ਬਹੁਤ ਪੁਰਾਣੀ ਪਾਰਟੀ ਹੈਗੀ ਆ, ਲੇਕਿਨ ਅੱਜ ਹਾਲਾਤ ਇਹ ਕਿ ਸਿਰਫ ਹੁਣੇ ਇਲੈਕਸ਼ਨ ਹੋ ਕੇ ਹਟੇ ਇੱਕ ਸੀਟ ਜਿਹੜੀ ਕਿ ਬਚਾ ਪਾਇਆ, ਉਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਜ਼ਮਾਨਤਾਂ ਜ਼ਬਤ ਹੋਈ। ਲੋਕ, ਮੈਂ ਸਮਝਦਾ ਲੋਕ ਖਰਾਬ ਨਹੀਂ ਕਰ ਰਹੇ, ਅਸੀਂ ਸਾਡੀ ਲੀਡਰਸ਼ਿਪ ਜਾਂ ਜਿੰਨੇ ਵੀ ਅਸੀਂ ਉਹਨਾਂ ਗੱਲਾਂ 'ਤੇ ਅਮਲ ਹੀ ਨਹੀਂ ਕਰ ਰਹੇ, ਉਹ ਸਮਝ ਨਹੀਂ ਪਾ ਰਹੇ ਵੀ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਕੀ ਭਾਲਦੇ ਆ। ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ ਨੂੰ ਚਾਹੁੰਦੇ ਆ, ਪਰ ਆਪਾਂ ਦੋ ਮੁੱਦਿਆਂ 'ਤੇ, ਚਾਹੇ ਉਹ ਪੰਥਕ ਚਾਹੇ ਉਹ ਕਿਸਾਨੀ, ਇਹਨਾਂ ਦੋਵਾਂ ਮੁੱਦਿਆਂ 'ਤੇ ਮਾਰ ਖਾਧੀ।
ਪਹਿਲਾਂ ਕਿਸਾਨੀ 'ਚ ਖਾਧੀ, ਫਿਰ ਪੰਥਕ ਖਾਧੀ। ਠੀਕ ਹੈ, ਨੋ ਡਾਊਟ ਕਿਸਾਨੀ ਦੇ ਮੁੱਦੇ 'ਤੇ ਅਸੀਂ ਬਾਅਦ ਵਿੱਚ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਭੈਣ ਜੀ ਹਰਸਿਮਰਤ ਬਾਦਲ ਨੇ ਰਿਜਾਇਨ ਵੀ ਦਿੱਤਾ, ਪਰ ਆਪਾਂ ਉਸ ਟਾਈਮ 'ਤੇ ਬਹੁਤ ਲੇਟ ਕਰ ਲਿਆ। ਬੀਜੇਪੀ ਨਾਲ ਰਹਿ ਕੇ ਆਪਾਂ ਉਸ ਟਾਈਮ 'ਤੇ ਬੀਜੇਪੀ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਪਰ ਅਟਕਲਾਂ ਤਾਂ ਹੁਣ ਵੀ ਚੱਲਦੀ ਪਈ ਸੀਗੀ ਕਿ ਸ਼ਾਇਦ ਦੁਬਾਰਾ ਗੜਜੋੜ ਹੋ ਸਕਦਾ ਸੀਗਾ, ਚੋਣਾਂ 'ਚ ਵੀ ਹੋ ਸਕਦਾ ਸੀ, ਪਰ ਜੇ ਗਲਤੀ ਪਹਿਲਾਂ ਹੋ ਚੁੱਕੀ ਫਿਰ ਦੁਬਾਰਾ ਗਲਤੀ ਕਰਨ ਜਾ ਰਹੇ ਸੀ? ਬਿਲਕੁਲ, ਵੇਖੋ ਗੱਲ ਇਹ, ਅਸੀਂ ਲੋਕਾਂ ਨੇ ਸਾਨੂੰ ਇਹ ਬੜੀ ਅਹਿਮ ਗੱਲ ਸੀਗੀ, ਬੀਜੇਪੀ ਵਾਲੇ ਵੀ ਕਹਿੰਦੇ ਰਹੇ ਵੀ ਅਕਾਲੀ ਦਲ ਤਾਂ ਸਾਡਾ ਹਿੱਸਾ, ਇਹ ਅਕਾਲੀ ਦਲ ਕੱਲ੍ਹ ਨੂੰ ਸਾਡੇ ਨਾਲ ਆ ਜਾਏਗਾ, ਤੇ ਸਾਨੂੰ ਲੋਕਾਂ ਨੇ ਵੋਟ ਪਾਉਣ ਲੱਗਿਆ ਗੱਲ ਸੋਚੀ ਵੀ ਜੇ ਅਕਾਲੀ ਦਲ ਨੂੰ ਵੋਟ ਪਾਵਾਂਗੇ ਇਹ ਵੀ ਬੀਜੇਪੀ ਵੱਲ ਨੂੰ ਜਾਣੇ ਆ। ਪੰਜਾਬ ਦੇ ਵਿੱਚ 82% ਵੋਟ ਜਿਹੜੀ ਆ ਉਹ ਐਂਟੀ ਬੀਜੇਪੀ ਪਈ ਆ। ਪੰਜਾਬ ਦੇ ਲੋਕ ਐਂਟੀ ਬੀਜੇਪੀ ਨੇ, ਪੰਜਾਬ ਦੇ ਲੋਕ ਜੇ ਕਾਂਗਰਸ ਨੂੰ ਅੱਜ ਗ੍ਰਾਫ ਆ ਪਾਇਆ ਨਾ, ਲੋਕਾਂ ਨੇ ਤਾਂ ਵੋਟ ਪਾ ਦਿੱਤੀ ਵੀ ਮੋਦੀ ਪੀਐਮ ਨਾ ਬਣੇ, ਐਂਟੀ ਬੀਜੇਪੀ ਵੋਟ ਪਈ ਆ, ਇਸ ਕਰਕੇ ਉਹਨਾਂ ਦਾ ਗ੍ਰਾਫ ਆ ਪਾਇਆ। ਅਸੀਂ ਉਸ ਚੀਜ਼ ਪਿੱਛੇ ਰਹਿ ਗਏ ਲੋਕ, ਅਸੀਂ ਆਪਣੇ ਆਪ ਨੂੰ ਛੋ ਹੀ ਨਹੀਂ ਦੱਸ ਹੀ ਨਹੀਂ ਸਕੇ ਵੀ ਅਸੀਂ ਬੀਜੇਪੀ ਦੇ ਨਾਲ ਆ ਕਿ ਬੀਜੇਪੀ ਦੇ ਖਿਲਾਫ ਆ। ਸਾਡੀ ਲੀਡਰਸ਼ਿਪ ਜਿੰਨਾ ਚਿਰ ਤੱਕ ਸੈਂਟਰ ਦੇ ਨਾਲ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ ਖੁੱਲ੍ਹ ਕੇ ਨਹੀਂ ਮੈਦਾਨ 'ਚ ਆਊਗੀ, ਖੁੱਲ੍ਹ ਕੇ ਲੜੀ ਨਹੀਂ ਲੜੂਗੀ। ਦੇਖੋ ਜਿੰਨੀਆਂ ਖੇਤਰੀ ਪਾਰਟੀਆਂ, ਚਾਹੇ ਮਮਤਾ ਬੈਨਰਜੀ ਦੇਖ ਲਓ ਖੁੱਲ੍ਹ ਕੇ ਲੜੀ, ਰਾਈਜ਼ ਕੀਤੀ, ਚਾਹੇ ਅਖਿਲੇਸ਼ ਯਾਦਵ ਦੇਖ ਲਓ ਯੂਪੀ 'ਚ ਖੁੱਲ੍ਹ ਕੇ ਲੜਿਆ, ਰਾਈਜ਼ ਕੀਤਾ, ਚਾਹੇ ਲਾਲੂ ਯਾਦਵ ਦੀ ਪਾਰਟੀ ਵੇਖ ਲਓ, ਜਿੰਨੀਆਂ ਖੇਤਰੀ ਪਾਰਟੀਆਂ ਰਾਈਜ਼ ਕਰ ਗਈਆਂ, ਕਿਉਂ ਕਰ ਗਈਆਂ? ਉਹਨਾਂ ਨੇ ਸੈਂਟਰ ਨਾਲ ਖੁੱਲ੍ਹ ਕੇ ਲੜਾਈ ਲੜੀ, ਪਰ ਅਸੀਂ ਉਹ ਲੜਾਈ ਨਹੀਂ ਲੜ ਸਕੇ। ਲੋਕਾਂ ਦੇ ਮਨਾਂ 'ਚ ਸਾਡੀ ਗੱਲ ਇਹ ਰਹਿ ਗਈ ਵੀ ਇਹ ਕੱਲ ਨੂੰ ਫਿਰ ਦੁਬਾਰਾ ਬੀਜੇਪੀ ਨਾਲ ਜਾ ਸਕਦੇ ਆ, ਜੇ ਤੁਹਾਨੂੰ ਨੁਕਸਾਨ ਹੋਵੇ। ਪਾਰਟੀ ਨੂੰ ਜੇ ਕੋਈ ਸਲਾਹ ਦੇ ਰਿਹਾ, ਤੁਹਾਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਗੱਲ ਹੋ ਰਹੀ, ਚਾਹੇ ਬਰਾੜ ਸਾਹਿਬ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ, ਕਾਫੀ ਸੀਨੀਅਰ ਨੇ ਪਾਰਟੀ ਦੀ ਗੱਲ ਪਹੁੰਚਾਉਣ ਵਾਲੇ ਬੰਦੇ ਸੀ, ਤੇ ਅੱਜ ਜਦੋਂ ਇੱਕ ਸੁਧਾਰ ਵਾਸਤੇ ਆ ਕਿ ਆਪਣਾ ਉਹਨਾਂ ਨੇ ਮਸ਼ਵਰਾ ਦਿੱਤਾ ਹੈਗਾ ਵਾ, ਤੇ ਸਿੱਧਾ ਹੀ ਕਈ ਕਹਿੰਦੇ ਕਿ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢੋ, ਪਾਰਟੀ ਦੇ ਖਿਲਾਫ ਬੋਲਦੇ ਪਏ ਨੇ, ਜਦਕਿ ਕੁਛ ਚਲੋ ਹੱਕ 'ਚ ਵੀ ਗੱਲ ਕਰਦੇ ਪਏ ਨੇ, ਤੁਹਾਡੇ ਹਿਸਾਬ ਦਾ ਤੁਹਾਡਾ ਪੁਆਇੰਟ ਆਫ ਵਿਊ ਕੀ ਕਹਿੰਦਾ? ਦੇਖੋ ਮੇਰਾ ਪੁਆਇੰਟ ਆਫ ਵਿਊ ਬੜਾ ਕਲੀਅਰ ਆ, ਜੇ ਬਰਾੜ ਸਾਹਿਬ ਦੀ ਇਸ ਗੱਲ ਤੇ ਅਸੀਂ ਇਹੋ ਜਿਹੀ ਐਕਸ਼ਨ ਲਵਾਂਗੇ, ਮੇਰੇ ਖਿਆਲ ਜਿਸ ਦਿਨ ਉਹਨਾਂ ਚਿੱਠੀ ਲਿਖੀ ਸੀ, ਜੇ ਉਸ ਤੇ ਪ੍ਰਧਾਨ ਸਾਹਿਬ ਜਾਂ ਹੋਰ ਸਾਡੀ ਲੀਡਰਸ਼ਿਪ ਜੇ ਬਰਾੜ ਸਾਹਿਬ ਨੂੰ ਬੁਲਾ ਕੇ ਗੱਲ ਕਰਦੀ ਵੀ ਬਰਾੜ ਸਾਹਿਬ ਆ ਤੁਹਾਡੀ ਚਿੱਠੀ ਆਈ ਆ, ਇਹ ਤੇ ਆਪਾਂ ਵਿਚਾਰ ਕਰਦੇ ਆ, ਮੈਨੂੰ ਲੱਗਦਾ ਬਰਾੜ ਸਾਹਿਬ ਉਸ ਤੋਂ ਬਾਅਦ ਸ਼ਾਇਦ ਬੋਲਦੀ ਨਾ, ਜਾਂ ਬਰਾੜ ਸਾਹਿਬ ਇਸ ਹੱਦ ਤੱਕ ਜਾਂਦੇ ਹੀ ਨਾ, ਪਰ ਜੇ ਆਪਾਂ ਉਹਨਾਂ ਨੂੰ ਕਵਾਂਗੇ ਤੁਹਾਨੂੰ ਪਾਰਟੀ 'ਚ ਕੱਢ ਦਾ, ਕਿੰਨੇ ਕੁ ਬੰਦੇ ਕੱਢ ਲਓਗੇ? ਬੜੇ ਲੋਕ ਬੋਲਣ ਨੂੰ ਤਿਆਰ ਆ, ਫਿਰ ਸਾਰੀ ਪਾਰਟੀ ਕੱਢ ਦਾ। ਅੱਜ ਮੈਂ ਕੋਈ ਗੱਲ ਕੀਤੀ, ਸਾਬੀ ਨੇ ਬਰਾੜ ਦੀ ਹਿਮਾਇਤ ਕਰਤੀ, ਇਹ ਸਾਬੀ ਨੂੰ ਵੀ ਕੱਢ ਦਿਓ ਜਿਹੜਾ ਇਸ ਤਰ੍ਹਾਂ। ਮੈਂ ਗੱਲ ਇਹ ਨਹੀਂ ਕਰ ਰਿਹਾ, ਮੇਰਾ ਕਹਿਣ ਦਾ ਮਤਲਬ ਹੈ ਜੇ ਕੋਈ ਬੰਦਾ ਵਿਊ ਰੱਖਦਾ, ਅਸੀਂ ਰੱਖਦੇ ਹਾਂ ਜਾਂ ਬਰਾੜ ਸਾਹਿਬ ਰੱਖਦੇ ਆ, ਮਨਪ੍ਰੀਤ ਦਿਆਲੀ ਹੋਰੀ ਕੁਛ ਦਿਨ ਪਹਿਲਾਂ ਆਪਣੇ ਵਿਊ ਰੱਖੇ ਨੇ, ਬਹੁਤ ਲੀਡਰਸ਼ਿਪ ਹੋਰ ਜਿਹੜੀ ਮੈਨੂੰ ਵੀ ਫੋਨ ਕਰੀ ਜਾ ਰਹੀ ਆ, ਜਾਂ ਉਧਰ ਫੋਨ ਕਰਦੇ ਆ ਯਾਰ ਆਪਾਂ ਇੱਦਾਂ ਕਰ ਲਈਏ, ਪਾਰਟੀ ਪਲੇਟਫਾਰਮ ਖੁੱਲ ਕੇ ਕਈ ਨਹੀਂ ਬੋਲਦੇ, ਪਰ ਅਸੀਂ ਅੱਜ ਜੇ ਬੋਲ ਰਹੇ ਹਾਂ ਤਾਂ ਆਪਣੀ ਗੱਲ ਇਸ ਕਰਕੇ ਰੱਖ ਰਹੇ ਹਾਂ ਵੀ ਇਹਨਾਂ ਦੀ ਗੱਲ ਸੁਣ ਕੇ ਵਿਚਾਰ ਕਰਕੇ ਅਸੀਂ ਕੋਈ ਹੱਲ ਕੱਢੀਏ। ਹੱਲ ਕੱਢ ਕੇ ਜੇ ਬਾਹਰ ਕੱਢਤਾ ਜਾਂ ਉਹਨਾਂ ਦੇ ਦਫ਼ਤਰ 'ਚੋਂ ਬਾਹਰ ਕੱਢਤਾ ਜਾਂ ਆਪਾਂ ਉਹਨੂੰ ਪਾਰਟੀ 'ਚੋਂ ਬਾਹਰ ਕੱਢਤਾ, ਇਹ ਹੱਲ ਨਹੀਂ। ਆਪਾਂ ਕਿੰਨੇ ਕੁ ਲੋਕ ਪਾਰਟੀ 'ਚੋਂ ਬਾਹਰ ਕੱਢਾਂਗੇ? ਇਸ ਕਰਕੇ ਇਹਨਾਂ ਗੱਲਾਂ 'ਤੇ ਵਿਚਾਰ ਕਰਨਾ ਚਾਹੀਦਾ। ਇੱਕ ਆਖਰੀ ਸਵਾਲ ਹੈ, ਤੁਹਾਡੇ ਹਿਸਾਬ ਨਾਲ ਪਾਰਟੀ ਨੂੰ ਬਚਾਉਣ ਲਈ, ਦੁਬਾਰਾ ਤੋਂ ਖੇਤਰੀ ਪਾਰਟੀ ਨੂੰ ਫਿਰ ਤੋਂ ਪੰਜਾਬ ਵਿੱਚ ਉਭਰ ਕੇ ਆਉਣ ਵਾਸਤੇ ਕਿਹੜੀ ਚੀਜ਼ਾਂ ਲੱਗਦੀ ਕਿ ਸੁਧਾਰ ਕਰਨੀ ਚਾਹੀਦੀ ਹੈਗੀ ਜਿਹੜੀ ਹੁਣ ਤੱਕ ਗਲਤ ਹੁੰਦੀਆਂ ਹੈ? ਦੇਖੋ ਸਭ ਤੋਂ ਅਹਿਮ ਗੱਲ, ਪੰਥਕ ਮੁੱਦੇ ਤੇ ਸਾਨੂੰ ਆਪਣੇ ਪੰਥ ਦੇ ਵਿੱਚ ਆਪਣੀ ਗੱਲ ਅਕਾਲੀ ਦਲ ਨੂੰ ਬਣਾਉਣੀ ਪਊਗੀ ਸਭ ਤੋਂ ਪਹਿਲਾਂ, ਜਿੱਥੋਂ ਅਕਾਲੀ ਦਲ ਦਾ ਬੇਸ ਚੱਲਿਆ। ਅਸੀਂ ਪੰਥਕ ਮੁੱਦੇ ਤੇ ਵੀ ਮਾਰ ਖਾਧੀ, ਕਿਸਾਨੀ ਮੁੱਦੇ ਤੇ ਵੀ ਅਸੀਂ ਕੋਸ਼ਿਸ਼ ਬਹੁਤ ਕੀਤੀ, ਪਰ ਅਜੇ ਵੀ ਕਿਸਾਨੀ ਕਿਸੇ ਨਾ ਕਿਸੇ ਹੱਦ ਤੱਕ ਸਾਡੇ ਤੇ ਯਕੀਨ ਇਸ ਕਰਕੇ ਨਹੀਂ ਕਰ ਰਹੀ ਵੀ ਇਹ ਕੱਲ ਨੂੰ ਬੀਜੇਪੀ ਨਾਲ ਫਿਰ ਦੁਬਾਰਾ ਜਾ ਸਕਦੇ ਆ। ਕਿਸਾਨੀ ਤੇ ਪੰਥਕ ਤੇ ਪੰਜਾਬ ਦੀ ਗੱਲ ਜਿੰਨਾ ਚਿਰ ਤੱਕ ਅਸੀਂ ਲੋਕਾਂ ਦੇ ਮਨਾਂ 'ਚ ਦੁਬਾਰਾ ਉਹ ਸਥਿਤੀ ਪੈਦਾ ਨਹੀਂ ਕਰਦੇ, ਉਹਨਾਂ ਚਿਰ ਤੱਕ ਅਕਾਲੀ ਦਲ ਦੁਬਾਰਾ ਸਰਵਾਈਵ ਨਹੀਂ ਕਰ। ਲੋਕ ਚਾਹੁੰਦੇ ਆ, ਪਬਲਿਕ ਚਾਹੁੰਦੀ ਆ ਅਕਾਲੀ ਦਲ ਆਵੇ,
ਲੋਕਾਂ ਦੀ ਪਹਿਲੀ ਪਸੰਦ ਅਕਾਲੀ ਦਲ ਆ, ਕਸੂਰ ਸਾਡੇ ਚ ਆ, ਕਸੂਰ ਸਾਡੇ ਲੀਡਰਾਂ ਚ ਆ, ਸਾਡੇ ਚ ਆ। ਅਸੀਂ ਲੋਕਾਂ ਦੇ ਮਨਾਂ ਚੋਂ ਗੱਲ ਹੀ ਨਹੀਂ ਪੈਦਾ ਕਰ ਸਕੇ ਜੋ ਲੋਕ ਅਕਾਲੀ ਦਲ ਤੋਂ ਭਾਲਦੇ ਆ। ਇਸ ਕਰਕੇ ਮੇਰੀ ਬੇਨਤੀ ਸਮੁੱਚੀ ਲੀਡਰਸ਼ਿਪ ਨੂੰ, ਪ੍ਰਧਾਨ ਸਾਹਿਬ ਨੂੰ, ਲੀਡਰਸ਼ਿਪ ਨੂੰ, ਵੀ ਅਸੀਂ ਨਬਜ਼ ਪਛਾਣੀਏ, ਲੋਕਾਂ ਦੀ ਨਬਜ਼ ਪਛਾਣੀਏ। ਜੇ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨੀ ਪੈਂਦੀ, ਜੇ ਸਭ ਨੂੰ ਪਾਰਟੀ ਚੋਂ ਕੱਢ ਕੇ, ਜੇ ਮੈਨੂੰ ਪਿੱਛੇ ਹਟਾ ਕੇ, ਮੈਂ ਪਾਰਟੀ ਦਾ ਜਨਰਲ ਸੈਕਟਰੀ ਵੀ ਹਾਂ, ਮੈਂ ਕੌਂਸਟੀਚੁਐਂਸੀ ਮੁਕੇਰੀ ਦਾ ਹਲਕਾ ਚ ਆਦਮੀ ਹਾਂ, ਮੈਨੂੰ ਕੱਢ ਦਿਓ, ਮੈਂ ਪਿੱਛੇ ਹਟ ਜਾਂਦਾ ਜੇ ਪਾਰਟੀ ਬਾਈ ਦੇ ਵਿਚਾਲੋ। ਜੇ ਪਾਰਟੀ ਪਹਿਲਾਂ ਦੇਖੋ, ਸਾਡੇ ਬਜ਼ੁਰਗਾਂ ਨੇ ਪਾਰਟੀ ਸਾਰੀ ਜ਼ਿੰਦਗੀ ਜ਼ਿਲ੍ਹਾ ਕੱਟੀਆਂ, ਪਾਰਟੀ ਬਣੀਆਂ, ਅੱਜ ਸਾਨੂੰ ਦਰਦ ਹੈ, ਦੁੱਖ ਹੈ। ਪਰ ਜੇ ਇੱਕ ਪਾਰਟੀ ਦੇ ਪੁਰਾਣੇ ਬੰਦੇ ਛੱਡੇ ਜਾਓਗੇ, ਫਿਰ ਬੇਸ ਹੀ ਕਮਜ਼ੋਰ ਹੋਏ ਨੇ, ਬੇਸ ਤੋਂ ਤਾਂ ਸਾਰੀ ਗੱਲ ਹੁੰਦੀ। ਇਹੀ ਗੱਲ ਤਾਂ ਮੈਂ ਕਰ ਰਿਹਾ ਵੀ ਅਸੀਂ ਉਹਨਾਂ ਗੱਲਾਂ ਨੂੰ, ਬੇਸ ਦੀ ਜਿਹੜਾ ਬੋਲ ਰਹੇ ਨੇ, ਉਹਦੀ ਨਬਜ਼ ਪਛਾਣਨੀ ਹੈ, ਉਹ ਕੀ ਕਹਿ ਰਿਹਾ ਵਰਕਰ, ਉਹਦੀ ਗੱਲ ਤੇ ਅਮਲ ਕਰੀਏ। ਜੇ ਕੋਈ ਸਾਨੂੰ, ਸਾਡਾ ਵਰਕਰ ਦੋ ਸਾਨੂੰ ਗਾਲਾਂ ਕੱਢ ਵੀ ਲਏਗਾ, ਦੋ ਵੱਧ ਘੱਟ ਬੋਲ ਵੀ ਰਹੂਗਾ ਵੀ ਤੁਸੀਂ ਇੱਥੇ ਗਲਤ ਹੋ ਯਾਰ, ਇਹਨੂੰ ਸਹੀ ਕਰੋ, ਸਾਨੂੰ ਸੁਣ ਕੇ ਉੱਤੇ ਅਮਲ ਕਰਨਾ ਚਾਹੀਦਾ ਉਹ ਕੀ ਕਹਿ ਰਿਹਾ। ਜੇ ਆਪਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ, ਵਰਕਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਨਹੀਂ ਬਚ ਸਕਦੇ, ਨਾ ਪਾਰਟੀ ਬਚ ਸਕਦੀ। ਆਵਾਜ਼ ਪਛਾਣੀਏ ਛੋਟੇ ਤੋਂ ਛੋਟੇ ਵਰਕਰ, ਪਿੰਡ ਦੀ ਸੱਥ 'ਚ ਸਾਡੇ ਜਿੱਥੇ ਬਜ਼ੁਰਗ ਬੈਠ ਕੇ 15-20 ਰੋਜ਼ ਸ਼ਾਮ ਨੂੰ ਗੱਪਾਂ ਛੱਪਾਂ ਮਾਰਦੇ ਆ, ਕੋਈ ਤਾਸ਼ ਖੇਡਦੇ ਆ, ਉਹਨਾਂ ਦੀ ਗੱਲ ਸੁਣੀਏ ਜਾ ਕੇ ਵੀ ਉਹ ਵਰਕਰ ਅਕਾਲੀ ਦਲ ਤੋਂ ਕੀ ਭਾਲਦਾ। ਜੇ ਆਪਾਂ ਉਹ ਗੱਲ ਸੁਣਾਂਗੇ ਫਿਰ ਅਸੀਂ ਸਰਵਾਈਵ ਕਰਾਂਗੇ, ਨਹੀਂ ਤਾਂ ਨਹੀਂ ਕਰ ਸਕਦੇ। ਬਹੁਤ ਬਹੁਤ ਸ਼ੁਕਰੀਆ। ਤੇ ਸਰਬਜੀਤ ਸਿੰਘ ਸਾਹਿਬ ਹੁਣੀ ਗੱਲ ਰੱਖੀ ਹੈਗੀ ਕਿ ਆਖਿਰ ਪਾਰਟੀ ਦੇ ਮੌਜੂਦਾ ਹਾਲਾਤ ਕੀ ਨੇ ਤੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਕਿਹੜੇ ਜਿਹੜੇ ਕਿ ਸੁਧਾਰ ਕਰਨੇ ਚਾਹੀਦੇ। ਕੈਮਰਾਮੈਨ ਅਜੇ ਦੇ ਨਾਲ ਮੈਂ ਰਾਘਵ ਜੈਨ, ਨਿਊਜ਼ 18 ਪੰਜਾਬ, ਜਲੰਧਰ।